ਪੋਲੀਟੀਕਲ ਪਾਰਟੀਆਂ ਨੇ ਅੱਜ ਤੱਕ ਸਾਨੂੰ ਕੁਝ ਦਿੱਤਾ ਕੀ ਆ? ਲੋਕਾਂ ਦੇ ਗੱਲ ਸਮਝ ਆ ਗਈ ਆ ਵੀ ਰਵਾਇਤੀ ਪਾਰਟੀਆਂ ਕੋਲੇ ਹੈ ਨਹੀਂ ਕੁਛ, ਉਹਨਾਂ ਕੋਲੇ ਕੋਈ ਹੱਲ ਨਹੀਂ, ਉਹ ਸਾਨੂੰ ਗਾਜਰਾਂ ਹੀ ਦਿੰਦੇ ਰਹੇ, ਕੂਣੀ ਤੇ ਗੁੜ ਲਾਉਂਦੇ ਰਹੇ। ਹੁਣ ਸਾਨੂੰ ਕੋਈ ਹੱਲ ਕੱਢਣਾ ਪੈਣਾ, ਆਪ ਕੋਈ ਨਾ ਕੋਈ ਹੱਲ। ਜਦੋਂ ਤੱਕ ਤੁਸੀਂ ਨੈਸ਼ਨਲ ਲੈਵਲ ਤੇ ਕੋਈ ਲਾਮਬੰਦੀ ਨਹੀਂ ਕਰੋਗੇ ਜਾਂ ਕਲੈਕਟਿਵ ਕੌਂਸ਼ੀਅਸਨੈਸ ਨਹੀਂ ਆਊਗੀ, ਉਦੋਂ ਤੱਕ ਕੋਈ ਹੱਲ ਨਹੀਂ। ਔਰ ਇਹ ਮੂਵਮੈਂਟ ਜਾ ਸਕਦੀ ਆ ਉੱਥੋਂ ਤਾਈਂ। ਹਾਂਜੀ, ਨੈਸ਼ਨਲ ਮੀਡੀਆ ਤੁਹਾਨੂੰ ਨਹੀਂ ਕਵਰ ਕਰ ਰਿਹਾ, ਇੰਗਲਿਸ਼ ਦੇ ਵੱਡੇ ਅਖਬਾਰ ਤੁਹਾਨੂੰ ਨਹੀਂ ਕਵਰ ਕਰ ਰਹੇ ਹੈਗੇ ਹਾਲੇ। ਨਹੀਂ ਬਟ ਵੀ ਸੀ, ਹਰ ਬੰਦਾ ਨੈਸ਼ਨਲ ਮੀਡੀਆ 'ਚ ਵਿਕਾਊ ਨਹੀਂ ਆ, ਹਰ ਇੰਗਲਿਸ਼ ਅਖਬਾਰ ਵੀ ਵਿਕਾਊ ਨਹੀਂ ਆ। ਜਿਵੇਂ ਤੁਸੀਂ ਬੈਠੇ ਹੋ ਨਾ ਚੰਗੀ ਨਿਰਪੱਖ ਪੱਤਰਕਾਰਤਾ ਕਰਨ ਵਾਲੇ, ਐਂ ਉੱਥੇ ਵੀ ਬੈਠੇ ਆ। ਸਾਨੂੰ ਸਿਰਫ ਅਪਰੋਚ ਕਰਨਾ। ਸਿੱਧੂ ਮੂਸੇਵਾਲੇ ਨੇ ਇਕੱਠ ਅੱਡ ਕੀਤਾ ਸੀਗਾ, ਹੋਰਾਂ ਨੇ ਅੱਡ ਕੀਤਾ ਸੀਗਾ, ਅਗਲੇ ਸਮੇਂ 'ਚ ਇਕੱਠੇ ਹੋ ਜਾਓਗੇ ਸਾਰੇ ਜਿਹੜੇ ਬਾਕੀਆਂ ਨੂੰ ਲਿਆਓਗੇ ਨਾਲ? ਬਾਈ ਜੀ, ਕੋਸ਼ਿਸ਼ ਤਾਂ ਹੈ, ਹੁਣ ਆਏ ਹਾਂ ਵੀ ਕੋਸ਼ਿਸ਼ ਕਰਕੇ ਹੀ ਕੋਈ ਗੱਲ ਬਣਦੀ ਹੈ ਨਾ, ਕਿਤੇ ਨਾ ਕਿਤੇ ਤਾਂ ਹੋਵਾਂਗੇ। ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣ ਚੁੱਕੀ ਹੈ, ਕਲਾਕਾਰਾਂ ਦੇ ਵੱਲੋਂ ਵੀ ਅਤੇ ਨਾਲ ਹੀ ਕਿਸਾਨ ਯੂਨੀਅਨ ਦੇ ਵੱਲੋਂ ਵੀ। ਕੀ ਰੂਪ ਰੇਖਾ ਜਿਹੜੀ ਅੱਜ ਰਹੂਗੀ ਜਿਹੜੀ ਆਉਣ ਵਾਲੀ ਕਮੇਟੀ ਦੀ ਹੈ? ਬਾਈ ਜੀ, ਕਮੇਟੀ ਆਏ ਆ, ਪਹਿਲਾਂ ਤਾਂ ਕਮੇਟੀ 7 ਮੈਂਬਰ ਕਿਹੜੇ ਆ ਨਾ ਤੈਅ ਹੋਣਗੇ, ਸੋ ਉਹ ਸਾਰੇ ਬੈਠ ਕੇ ਤੈਅ ਕਰਨਗੇ, ਕਿਸਾਨ ਜਥੇਬੰਦੀਆਂ ਵੱਲੋਂ ਇਹ ਤੈਅ ਕਰਨਗੇ, ਅਤੇ ਫਿਰ ਇੱਕ ਸਾਂਝੀ ਰਣਨੀਤੀ ਬਣਾ ਕੇ ਜਿਹੜਾ ਇਹ ਸੰਘਰਸ਼ ਆ ਇਹਨੂੰ ਲਾਮਬੰਦ ਕਰਕੇ ਅੱਗੇ ਕਿਵੇਂ ਤੋਰਨਾ, ਸੇਧ ਕੀ ਹੋਊਗੀ, ਪਰਸਪੈਕਟਿਵ ਕੀ ਹੋਊਗਾ, ਉਹ ਦੇਖਿਆ ਜਾਊਗਾ। ਕਲਾਕਾਰਾਂ ਨੂੰ ਸਾਰਿਆਂ ਨੂੰ ਰੀਪ੍ਰਜੈਂਟ ਕਰ ਰਹੇ ਹੋ ਕਿ ਹਲੇ ਸਲਾਹ ਉਹਨਾਂ ਨਾਲ ਕਰਨੀ ਹੈ? ਨਹੀਂ ਨਹੀਂ, ਕਲਾਕਾਰਾਂ ਨਾਲ ਸਾਰਿਆਂ ਨਾਲ ਸਲਾਹ ਕਰਨੀ ਹੈ ਜੀ। ਜਿਹੜੇ ਫਿਰ ਸੱਤ ਨਾ ਉਹ ਸਲਾਹ ਕਰਕੇ ਸਾਰੇ ਬੰਦੇ ਪ੍ਰਪੋਜ਼ ਕਰਨਗੇ, ਉਹ ਸੱਤ ਨਾ ਆ ਕੇ ਬਹਿ ਜਾਣਗੇ ਕਿਸਾਨ ਜਥੇਬੰਦੀਆਂ ਨਾਲ ਜੀ। ਅੰਬਾਲੇ ਤੋਂ ਅੱਗੇ ਵੀ ਟੱਪੋਗੇ ਜਾਂ ਪੰਜਾਬ ਤੱਕ ਹੀ ਸੀਮਤ ਹੈ? ਬਾਈ ਜੀ, ਆਏ ਹਾਂ ਅੰਬਾਲੇ ਤੋਂ ਅੱਗੇ ਟੱਪਣਾ ਇਹ ਜ਼ਰੂਰਤ ਆ। ਇਸ ਦੇਖੋ ਵਿਜ਼ਨ ਕੀ ਆ, ਇਹ ਨੈਸ਼ਨਲ ਮੂਵਮੈਂਟ ਆ, ਇੰਟਰਨੈਸ਼ਨਲ ਮੂਵਮੈਂਟ ਆ, ਇਹਦੇ 'ਚ ਬਹੁਤ ਵੱਡੀ ਲਾਮਬੰਦੀ ਹੋ ਸਕਦੀ ਆ। ਔਰ ਇਹ ਜਿਹੜੀ ਲਾਮਬੰਦੀ ਇਹੋ ਜਿਹੀ ਹੋਊਗੀ ਇਸ ਖਿੱਤੇ ਦੀ, ਇਸ ਕੰਟੀਨੈਂਟ ਦੀ ਜਿਹੜੀ ਰਾਜਨੀਤਿਕ ਜਾਂ ਪੋਲੀਟੀਕਲ ਫਿਊਚਰ ਆ ਉਹਨੂੰ ਤੈਅ ਕਰ ਦੂਗੀ, ਇਹ ਮੈਂ ਗਾਰੰਟੀ ਕਰਦਾ। ਬਾਈ ਜੀ, ਇਹ ਤਾਂ ਸਵਾਲ ਸੀਗਾ ਕਿਉਂਕਿ 31 ਤਾਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਸੁਰ ਵੀ ਕਦੇ ਰਲੇ ਨਹੀਂ ਹੈਗੇ, ਪਹਿਲੀ ਵਾਰੀ ਜ਼ਰੂਰ ਹੈ ਕਿ ਇਕੱਠੇ ਹੋ ਰਹੇ ਹਾਂ। ਉੱਧਰ ਕਲਾਕਾਰ ਵੀ, ਭਾਈਚਾਰਾ ਆਪਣਾ ਪਤਾ ਹੈ ਕਿ 10 ਉੱਧਰ ਨੂੰ 10 ਉੱਧਰ ਨੂੰ ਹੈ, ਅਤੇ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇੱਕਜੁੱਟਤਾ ਦੀ ਲੋੜ ਹੈ, ਪਰ ਇੱਕਜੁੱਟ ਹੋਵੋਗੇ ਕਿਵੇਂ? ਬਾਈ ਜੀ, ਆਏ ਹਾਂ, ਜੇ ਸਾਨੂੰ ਸੰਵਾਦ ਕਰਨਾ ਆ ਗਿਆ, ਵਿਚਾਰਾਂ ਦੇ ਵਖਰੇਵਿਆਂ ਨੂੰ ਫੜਨਾ ਆ ਗਿਆ, ਠੀਕ ਆ, ਫਿਰ ਇੱਕ ਜੁੱਟਤਾ ਹੋ ਜਾਂਦੀ ਹੁੰਦੀ ਆ, ਕਿਉਂਕਿ ਸੰਵਾਦ 'ਚੋਂ ਹੀ ਹੱਲ ਨਿਕਲਦੇ ਆ। ਪਰ ਸਾਡੇ ਕੋਈ ਸੰਵਾਦ ਕਰਦਾ ਨਹੀਂ, ਔਰ ਕਰਦਾ ਇਸ ਕਰਕੇ ਨਹੀਂ, ਸਾਡੇ 'ਚ ਹਉਮੈ, ਮੈਂ, ਇਹਨਾਂ ਚੀਜ਼ਾਂ ਦਾ ਪ੍ਰਗਟਾਵਾ, ਲੋਭ, ਇਹ ਬਹੁਤ ਵੱਡੀਆਂ ਹੈ ਨਾ, ਇਹਨਾਂ ਨੂੰ ਸਾਰਿਆਂ ਨੂੰ ਛੱਡਣਾ ਪਊਗਾ, ਖੰਡਨ ਕਰਨਾ ਪਊਗਾ ਥੋੜ੍ਹਾ ਬਹੁਤ। ਦੇਖੋ, ਰਾਜਸੀ ਗਿਆਨ, ਸਮਾਜਿਕ ਗਿਆਨ ਤਾਂ ਗੱਲ ਹੁੰਦੀ ਆ, ਆਤਮਕ ਗਿਆਨ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਜਦੋਂ ਤੱਕ ਉਹ ਨਹੀਂ ਅੰਦਰ ਹੋਊਗਾ, ਸੋ ਸਾਡੇ ਤੋਂ ਕੁਛ ਹੋ ਨਹੀਂ ਸਕਦਾ। ਇਸ ਕਰਕੇ ਪਾਰਟੀਆਂ ਵੀ ਆਪਣੀਆਂ ਰੈਲੀਆਂ ਕਰ ਰਹੀਆਂ ਨੇ, ਅਕਾਲੀ ਦਲ ਕਰ ਰਿਹਾ, ਕਾਂਗਰਸ ਵੀ ਕਰ ਰਿਹਾ, ਯੂਥ ਕਾਂਗਰਸ ਵੀ ਕਰ ਰਹੀ, ਆਪ ਉਹਨਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲ ਰਹੇ? ਉਹ ਵੀ ਤਾਂ ਪੰਜਾਬ ਦੇ ਲੋਕ ਨੇ। ਪੋਲੀਟੀਕਲ ਪਾਰਟੀਆਂ ਨੇ ਅੱਜ ਤੱਕ ਸਾਨੂੰ ਕੁਛ ਦਿੱਤਾ ਕੀ ਆ? ਲੋਕਾਂ ਦੇ ਗੱਲ ਸਮਝ ਆ ਗਈ ਆ ਵੀ ਰਵਾਇਤੀ ਪਾਰਟੀਆਂ ਕੋਲੇ ਹੈ ਨਹੀਂ ਕੁਛ, ਉਹਨਾਂ ਕੋਲੇ ਕੋਈ ਹੱਲ ਨਹੀਂ, ਉਹ ਸਾਨੂੰ ਗਾਜਰਾਂ ਹੀ ਦਿੰਦੇ ਰਹੇ, ਕੂਣੀ ਤੇ ਗੁੜ ਲਾਉਂਦੇ ਰਹੇ। ਹੁਣ ਸਾਨੂੰ ਕੋਈ ਹੱਲ ਕੱਢਣਾ ਪੈਣਾ, ਆਪ ਕੋਈ ਨਾ ਕੋਈ ਹੱਲ। ਪਰ ਚੁਣੇ ਹੋਏ ਨੁਮਾਇੰਦੇ ਤਾਂ ਉਹ ਨੇ ਨਾ, MP ਵੀ ਉਹ ਨੇ, MLA ਵੀ ਉਹ ਨੇ। ਇਸ ਵੇਲੇ ਉਹ ਆ, ਹੁਣ ਚੁਣੇ ਹੋਏ ਨੁਮਾਇੰਦੇ ਜਿਹੜੇ ਸਰਕਾਰ ਨਾਲ ਅਸੀਂ ਗੱਲ ਕਰ ਰਹੇ ਹਾਂ, ਉੱਥੇ ਚੁਣੇ ਹੋਏ ਨੁਮਾਇੰਦੇ ਨੇ ਅਪੋਜੀਸ਼ਨ ਨੇ ਕੀ ਕਰਤਾ? ਅਪੋਜੀਸ਼ਨ ਤਾਂ ਫੇਲ ਹੋ ਗਈ ਨਾ, ਸਰਕਾਰ ਗੱਲ ਸੁਣਨ ਨੂੰ ਰਾਜੀ ਨਹੀਂ, ਅਪੋਜੀਸ਼ਨ ਫੇਲ ਹੋ ਗਈ, ਗੱਲ ਕਿੱਥੇ ਆ ਗਈ, ਲੋਕ ਲਹਿਰ ਤੇ ਖੜੀ ਹੋ ਗਈ। ਰੈਵੋਲਿਊਸ਼ਨ ਦੀ ਬਿਗਨਿੰਗ ਆ, ਸਟਾਰਟਿੰਗ ਆ, ਫਾਊਂਡੇਸ਼ਨ ਆ, ਮੈਂ ਦੱਸ ਰਿਹਾ, ਇਹ ਰੈਵੋਲਿਊਸ਼ਨ ਆ ਨਾ ਜਿਹੜਾ ਇਹਨੇ ਪੰਜਾਬ ਦੇ ਇਸ ਖਿੱਤੇ 'ਚੋਂ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਇਸ ਕੰਟੀਨੈਂਟ ਦੀ ਪੋਲੀਟੀਕਲ ਅਪਰੋਚ ਕੀ ਹੋਊਗੀ, ਪੋਲੀਟੀਕਲ ਫਿਊਚਰ ਕੀ ਹੋਊਗਾ, ਇਹਨੂੰ ਤੈਅ ਕਰਨਾ। ਤੁਸੀਂ ਮੰਨਦੇ ਹੋ ਦੀਪ ਸਿੱਧੂ ਜੀ ਕਿ ਲੁਧਿਆਣਾ ਬੰਦ ਕਰ ਲਿਆ, ਪਟਿਆਲਾ ਕਰ ਲਿਆ, ਜਲੰਧਰ ਕਰ ਲਿਆ, ਉਹਦੇ ਨਾਲ ਨਹੀਂ ਫਰਕ ਪੈਣਾ ਹੈਗਾ? ਹੱਲ ਨਹੀਂ ਇਹਦਾ, ਉਹਦਾ ਵੀ ਕੋਈ ਹੱਲ? ਜਦੋਂ ਤੱਕ ਤੁਸੀਂ ਨੈਸ਼ਨਲ ਲੈਵਲ 'ਤੇ ਕੋਈ ਲਾਮਬੰਦੀ ਨਹੀਂ ਕਰੋਗੇ ਜਾਂ ਕਲੈਕਟਿਵ ਕੌਂਸ਼ੀਅਸਨੈਸ ਨਹੀਂ ਆਊਗੀ, ਉਦੋਂ ਤੱਕ ਕੋਈ ਹੱਲ ਨਹੀਂ। ਔਰ ਇਹ ਮੂਵਮੈਂਟ ਜਾ ਸਕਦੀ ਆ ਉੱਥੋਂ ਤਾਈਂ। ਹਾਂਜੀ, ਨੈਸ਼ਨਲ ਮੀਡੀਆ ਤੁਹਾਨੂੰ ਨਹੀਂ ਕਵਰ ਕਰ ਰਿਹਾ, ਇੰਗਲਿਸ਼ ਦੇ ਵੱਡੇ ਅਖਬਾਰ ਤੁਹਾਨੂੰ ਨਹੀਂ ਕਵਰ ਕਰ ਰਹੇ ਹੈਗੇ ਹਾਲੇ। ਨਹੀਂ ਬਟ ਵੀ ਸੀ, ਹਰ ਬੰਦਾ ਨੈਸ਼ਨਲ ਮੀਡੀਆ 'ਚ ਵਿਕਾਊ ਨਹੀਂ ਆ, ਹਰ ਇੰਗਲਿਸ਼ ਅਖਬਾਰ ਵੀ ਵਿਕਾਊ ਨਹੀਂ ਆ। ਜਿਵੇਂ ਤੁਸੀਂ ਬੈਠੇ ਹੋ ਨਾ ਚੰਗੀ ਨਿਰਪੱਖ ਪੱਤਰਕਾਰਤਾ ਕਰਨ ਵਾਲੇ, ਐਂ ਉੱਥੇ ਵੀ ਬੈਠੇ ਆ। ਸਾਨੂੰ ਸਿਰਫ ਅਪਰੋਚ ਕਰਨਾ ਪਊਗਾ, ਸਾਨੂੰ ਰਣਨੀਤੀ ਬਣਾ ਕੇ ਇੱਕ ਸਟ੍ਰੈਟੇਜਿਕਲੀ ਅਪਰੋਚ ਰੱਖ ਕੇ ਚੱਲਣਾ ਪਊਗਾ। ਲੜਾਈ ਲੜਨੀ ਕਿਵੇਂ ਆ, ਇਹਦੀ ਕਲੈਰਿਟੀ ਹੋਣੀ ਚਾਹੀਦੀ ਆ। ਸਵਾਲ ਹੈ ਕਿਉਂਕਿ ਹੋਰ ਬਹੁਤ ਸਾਰੇ ਸਾਥੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਸਿੱਧੂ ਮੂਸੇਵਾਲੇ ਨੇ ਇਕੱਠ ਅੱਡ ਕੀਤਾ ਸੀਗਾ, ਹੋਰਾਂ ਨੇ ਅੱਡ ਕੀਤਾ ਸੀਗਾ, ਅਗਲੇ ਸਮੇਂ 'ਚ ਇਕੱਠੇ ਹੋ ਜਾਓਗੇ ਸਾਰੇ ਜਿਹੜੇ ਬਾਕੀਆਂ ਨੂੰ ਲਿਆਓਗੇ ਨਾਲ? ਬਾਈ ਜੀ, ਕੋਸ਼ਿਸ਼ ਤਾਂ ਹੈ, ਹੁਣ ਆਏ ਹਾਂ ਵੀ
ਕੋਸ਼ਿਸ਼ ਕਰਕੇ ਹੀ ਕੋਈ ਗੱਲ ਬਣਦੀ ਹੈ ਨਾ, ਕਿਤੇ ਨਾ ਕਿਤੇ ਤਾਂ ਹੋਵਾਂਗੇ। ਸੋ ਇਦੋਂ ਬਿਨਾਂ ਕੋਈ ਹੱਲ ਹੀ ਨਹੀਂ ਨਿਕਲਣਾ। ਕਦੋਂ ਤੱਕ ਆਸ ਕਰੀਏ ਕਿ ਜਿਹੜੀ ਇਹ 14 ਮੈਂਬਰੀ ਕਮੇਟੀ ਹੈ ਅਗਲਾ ਕੋਈ ਪ੍ਰੋਗਰਾਮ ਦੇ ਦੂਗੀ, ਕਿਉਂਕਿ ਜਿਹੜੀ ਲਹਿਰ ਹੈ ਕਿ ਉਹ ਗਰਮ ਹੈ ਬਹੁਤ, ਤੇ ਉਹ ਜਲਦੀ ਚਾਹੁੰਦੇ ਹਾਂ ਕੋਈ ਪ੍ਰੋਗਰਾਮ। ਨਹੀਂ, ਪ੍ਰੋਗਰਾਮ ਜਲਦੀ ਦੇਵਾਂਗੇ ਜੀ, ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦੇਣਾ। ਸੋ ਅਸੀਂ ਉਹਨਾਂ ਦੇ ਨਾਲ ਹਾਂ ਤੇ ਰੱਬ ਸੁੱਖ ਰੱਖੇ ਤੁਹਾਨੂੰ, ਸਾਰੇ ਲੋਕਾਂ ਨੂੰ ਜਲਦੀ ਪ੍ਰੋਗਰਾਮ ਉਲੀਕ ਕੇ ਦਿੱਤਾ ਜਾਊਗਾ। ਬਹੁਤ ਧੰਨਵਾਦ ਦੀਪ ਸਿੱਧੂ ਗੱਲਬਾਤ ਕਰਨ ਦੇ ਲਈ। ਸੋ ਦੀਪ ਸਿੱਧੂ ਹੋਰਾਂ ਨੂੰ ਤੁਸੀਂ ਸੁਣਿਆ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੀ 14 ਮੈਂਬਰੀ ਕਮੇਟੀ ਹੈ ਇਹ ਹੁਣ ਬਣਾਈ ਜਾਊਗੀ, ਇਹਦੇ ਵਿੱਚ ਨਾਮ ਜਿਹੜੇ ਨੇ ਉਹ ਸਾਹਮਣੇ ਆਉਣਗੇ। ਨਾਮਾਂ ਤੋਂ ਬਾਅਦ 7 ਮੈਂਬਰ ਜਿਹੜੇ ਨੇ ਉਹ ਕਿਸਾਨਾਂ ਦੇ ਹੋਣਗੇ, 7 ਮੈਂਬਰ ਜਿਹੜੇ ਨੇ ਉਹ ਕਲਾਕਾਰਾਂ ਦੇ ਵੱਲੋਂ ਹੋਣਗੇ। ਸਾਰੇ ਕਲਾਕਾਰਾਂ ਨੂੰ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡਾ ਜਿਹੜਾ ਇਕੱਠ ਹੈ ਉਹ ਵੀ ਉਲੀਕਿਆ ਜਾਊਗਾ ਤਾਂ ਜੋ ਕੇਂਦਰ ਸਰਕਾਰ ਨਾਲ ਲੜਾਈ ਜਿਹੜੀ ਹੈ ਉਹ ਲੜੀ ਜਾ ਸਕੇ। ਕਿਉਂਕਿ ਜਿਸ ਢੰਗ ਦੇ ਨਾਲ ਤੁਸੀਂ ਅੱਜ ਦੇਖਿਆ ਕਿ ਕਿਸਾਨ ਭਵਨ ਦੇ ਵਿੱਚ ਇਹ ਮੀਟਿੰਗ ਹੋਈ ਹੈ, ਕਿਸਾਨ ਭਵਨ ਦੀ ਮੀਟਿੰਗ ਤੋਂ ਬਾਅਦ ਫੈਸਲਾ ਜਿਹੜਾ ਇਹ ਉਹ ਇਹੀ ਹੋਇਆ ਹੈ ਕਿ ਕਮੇਟੀ ਜਿਹੜੀ ਹੈ ਉਹ ਅੱਗੇ ਅਗਲੀ ਕਾਰਵਾਈ ਉਲੀਕੂਗੀ। ਇੱਥੇ ਜਿਹੜੇ ਕਿਸਾਨ ਯੂਨੀਅਨਾਂ ਦੇ ਆਗੂ ਵੀ ਨੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ। ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਕਈ ਜਿਹੜੇ ਨੇ ਉਹ ਇਤਰਾਜ਼ ਸੀਗੇ ਕਲਾਕਾਰਾਂ ਦੇ ਨਾਲ, ਬਹੁਤ ਸਾਰੇ ਕਲਾਕਾਰਾਂ ਦੇ ਨਾਲ ਇਸ ਤਰ੍ਹਾਂ ਦੇ ਇਤਰਾਜ਼ ਸੀਗੇ ਕਿ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਨੇ ਕਲਾਕਾਰਾਂ ਨੂੰ ਮੰਚ ਤੋਂ ਆਉਣ ਤੋਂ ਰੋਕ ਦਿੱਤਾ ਸੀਗਾ।